ਦੇ ਪਿੱਛੇ ਲੱਗ ਯਾਰ ਨਿਛੜੇ ਫੇਰ ਚਾਹੇ ਮੂੜੇ ਮੇਰੇ ਆਜ ਵੇਖ ਪਰਹੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਸ਼ੁਰੂਆਤ ਕਰਦੇ ਹਾਂ ਪੰਜਾਬੀ 뮤직 ਇੰਡਸਟਰੀ ਤੋਂ ਹੀ ਸਿੱਧੂ ਮੂਸੇਵਾਲਾ ਜੱਸ ਦੀ ਕਿ ਦੋਸਤੋ ਮੂਸਾ ਰੈਡ ਫਿਲਮ ਦੀ ਕਾਫੀ ਜ਼ਿਆਦਾ ਚਰਚਾ ਹੈ ਤੇ ਦੋਸਤੋ ਅੱਜ ਥਾਪੀਆਂ ਗਾਣਾ ਰਿਲੀਜ਼ ਹੋ ਚੁੱਕਾ ਹੈ ਜੋ ਕਿ ਗਾਇਆ ਹੈ ਬਲਕਾਰ ਅਣਖੀਲਾ ਤੇ ਮਨਿੰਦਰ ਗੁਲਛੰਦ ਜੀ ਨੇ ਪਹਿਲਾਂ ਵੀ ਦੋਸਤੋ ਇਹ ਕਈ ਵਾਰ ਸਿੱਧੂ ਮੂਸੇਵਾਲਾ ਦੇ ਕਰ ਪਹੁੰਚ ਚੁੱਕੇ ਹਨ ਤੇ ਇਥੋਂ ਤੱਕ ਹੈ ਜਸਕਰ ਕੀ ਪ੍ਰਾਣੇ ਉਹਨਾਂ ਦਾ ਦੋਸਤ ਉਹ ਇੱਕ ਗਾਣਾ ਆਪਣੀ ਇਸ ਫਿਲਮ ਵਿੱਚ ਲਿਆ ਹੈ ਉਹ ਵੀ ਦੋਸਤੋ ਐਸਾ ਰਿਲੇਟਡ ਹੀ ਸਟੋਰੀਆਂ ਪੋਸਟਾਂ ਸ਼ੇਅਰ ਕਰ ਰਹੇ ਹਨ ਤੇ ਸਪੈਸ਼ਲ ਧੰਨਵਾਦ ਕਰ ਰਹੇ ਹਨ ਸਿੱਧੂ ਮੂਸੇਵਾਲਾ ਵੈਸੇ ਦੋਸਤੋ ਸਿੱਧੂ ਮੂਸੇਵਾਲਾ ਜਦੋਂ ਵੀ ਕੋਈ ਕਿਸੇ ਪ੍ਰਾਣੇ ਆਰਟਿਸਟ ਦਾ ਜ਼ਿਕਰ ਕਰਦਾ ਹੈ ਤਾਂ ਉਹਨਾਂ ਦੀ ਇੱਕ ਵਾਰ ਫਿਰ ਸਰਚ ਹੁਣ ਲੱਗ ਜਾਂਦੀ ਹੈ ਗੂਗਲ YouTube ਤੇ ਚਾਹੇ ਦੋਸਤੋ ਆਪਾਂ ਜ਼ਿਕਰ ਕਰ ਲਈਏ ਜਸਵਿੰਦਰ ਬਰਾੜ ਜੀ ਦਾ ਚਾਹੇ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਛਿੰਦ ਜੀ ਦਾ ਸੋ ਦੋਸਤੋ ਥਾਪੀਆਂ ਗਾਣਾ ਰਿਲੀਜ਼ ਹੋਣ ਵਾਲਾ ਹੈ ਪਹਿਲਾਂ ਤਾਂ ਕਿਹਾ ਜਾ ਰਿਹਾ ਸਾਨੂੰ ਗਾਣਾ ਇਹ ਕਿਦਾਂ ਦਾ ਲੱਗਾ ਤੇ ਇਸ ਤੋਂ ਇਲਾਵਾ ਦੋਸਤੋ ਸਿੱਧੂ ਮੂਸੇਵਾਲੇ ਦੀ ਸ਼ੂਟਿੰਗ ਦਰਾਂ ਦੀਆਂ ਕੁਝ ਕੁ ਕਲਿੱਪਸ ਸਾਹਮਣੇ ਆ ਰਹੀਆਂ ਹਨ ਫੋਟੋਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਯੂਕੇ ਵਿੱਚ ਹੀ ਦੋਸਤੋ ਸ਼ੂਟਿੰਗ ਹੋ ਰਹੀ ਹੈ ਹੁਣ ਫਿਲਮ ਹੈ ਗਾਣਾ ਹੈ ਕੁਝ ਹੋਰ ਹੈ ਫਿਲਹਾਲ ਦੋਸਤੋ ਇਸ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਹਾਂ ਯੂਕੇ ਵਿੱਚ ਭਰਾ ਦੋਸਤੋ ਸ਼ੂਟਿੰਗਾਂ ਕਰ ਰਿਹਾ ਹੈ ਤੁਮਾਕੇ ਦੋਸਤੋ ਬਹੁਤ ਵੱਡੇ ਵੱਡੇ ਆਉਣ ਦਾ ਵੇ ਨੇ ਤੇ ਇੱਕ ਤਰੀਕ ਨੂੰ ਆਪਾਂ ਤਿਆਰ ਹੀ ਰਹੀਏ ਤੇ ਦੋਸਤੋ ਦੂਸਰੇ ਪਾਸੇ ਜੋ ਮਰਿੰਦਰ ਗੱਲ ਭਰਾ ਦੀ ਫਿਲਮ ਨਾਲ ਕਲੈਸ਼ ਹੈ ਚੱਲ ਮੇਰਾ ਪੁੱਤ 3 ਨਾਲ ਉਹ ਵੀ ਦ ਫਿਲਮ ਦੀ ਹਾਲਾ ਕਿ ਦੋਸਤੋਂ ਮੂਸੇ ਰਟ ਬਾਰੇ ਤਾਂ ਕੋਈ ਵੀ ਜਾਣਕਾਰੀ ਨਹੀਂ ਦੇ ਰਿਹਾ ਕਿ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਜਾਂ ਨਹੀਂ ਕਿਉਂਕਿ ਲਗਭਗ 6-7 ਦਿਨ ਹੀ ਦੋਸਤੋਂ ਬਾਕੀ ਨੇ ਸਿੱਧੂ ਮੂਸੇਵਾਲਾ ਜਿਸ ਦੀ ਕਿ ਦੋਸਤੋਂ ਆਪਣੀ ਹੀ ਇੱਕ ਫੈਨ ਫੋਲਿੰਗ ਹੈ ਕਟਟਡ ਫੈਨਬੀਸ ਹੈ ਤੇ ਪਹਿਲੀ ਫਿਲਮ ਹੈ ਜਿਸ ਕਰਕੇ ਹਾਈਪ ਵੀ ਕਾਫੀ ਜ਼ਿਆਦਾ ਹੈ ਉੱਥੇ ਹੀ ਦੋਸਤੋਂ ਅਮਰਿੰਦਰ ਗੱਲ ਸਥਾਪਿਤ ਕਲਾਕਾਰ ਜੂ ਇਸ ਦੇ ਪਹਿਲੇ ਦੋ ਪਾਰਟ ਆਏ ਹੋਏ ਹਨ ਚੱਲ ਮੇਰਾ ਪੁੱਤ ਦੇ ਸੁਪਰ ਡੂਪਰ ਹਿੱਟ ਰਹੇ ਹਨ ਜਿਸ ਕਰਕੇ ਤੀਸਰੇ ਪਾਰਟ ਦੀ ਆਟੋਮੈਟਿਕਲੀ ਹਾਈਪ ਕ੍ਰੀਏਟ ਹੋ ਜਾਂਦੀ ਹੈ ਕਲੈਸ਼ ਹੋ ਰਹੀ ਹੈ ਅਰਨ ਵਾਤਾ ਨੰਦਾ ਕੋਈ ਨਹੀਂ ਪਰ ਹਾਂ ਇਹਨਾਂ ਨੇ ਇੱਕੋ ਡੇਟਾ ਹੀ ਕਿਉਂ ਰੱਖ ਲਿਆ ਇਹ ਦੋਸਤੋ ਚਰਚਾ ਹਲੇ ਵੀ ਸੋਸ਼ਲ ਮੀਡੀਆ ਤੇ ਬਣੀ ਹੋਈ ਹੈ ਤੁਸੀਂ ਵੀ ਦੋਸਤੋ ਇਸ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਦੋਸਤੋ ਇੱਥੇ ਹੁਣ ਅਸੀਂ ਇੱਕ ਬੜਾ ਹੀ ਅਹਿਮ ਜ਼ਿਕਰ ਕਰਨ ਵਾਲੇ ਹਾਂ ਜੋ ਅੱਜ ਸਿੱਧੂ ਮੂਸੇਵਾਲੇ ਦੇ ਪ੍ਰੋਜੈਕਟ ਤੇ ਕਰਨ ਔਜਲਾ ਦੇ ਪ੍ਰੋਜੈਕਟ ਦੀ ਕਲੈਸ਼ ਹੋਈ ਹੈ ਪਹਿਲਾਂ ਦੋਸਤੋ ਅਸੀਂ ਕਰਨ ਔਜਲਾ ਬਾਰੇ ਇਹ ਜਾਣਕਾਰੀ ਦੇਣਾ ਚਾਹਾਂਗੇ ਜੋ ਕੱਲ ਉਸ ਦੀ ਪੇਸ਼ੀ ਸੀ ਇੱਕ ਤਰ੍ਹਾਂ ਨਾਲ ਕਹਿ ਲਈਏ ਸੰਮਣ ਕੱਢਿਆ ਗਿਆ ਸੀ ਹਰਜੀਤ ਹਰਮਨ ਸਪੀਡ ਰੈਕર્ડ ਦੇ ਕਰਨ ਔਜਲਾ ਤੇ ਕਿ ਤੁਸੀਂ 22 ਤਰੀਕ ਨੂੰ ਮਹਿਲਾ ਕਮਿਸ਼ਨ ਦਫ਼ ਦੀ ਹਾਲਾਂਕਿ ਦੋਸਤੋ ਬਹੁਤ ਸਾਰੇ ਲੋਕ ਤਾਂ ਇਸ ਬਾਰੇ ਨਾ ਨੁਕਰੀ ਹੀ ਕਰ ਰਹੇ ਸਨ ਕਿ ਸਾਨੂੰ ਗਾਣੇ ਵਿੱਚ ਇਦਾਂ ਦੇ ਕੋਈ ਵੀ ਸ਼ਬਦ ਨਹੀਂ ਲੱਗੇ ਪਰ ਮਹਿਲਾ ਕਮਿਸ਼ਨ ਵੱਲੋਂ ਮਨੀਸ਼ਾ ਗੁਲਾਟੀ ਦੇ ਪੰਡਤ ਰਾਮ ਵੱਲੋਂ ਦੋਸਤੋ ਉਸਤੇ ਕੇਸ ਦਰਜ ਹੋ ਚੁੱਕਾ ਸੀ ਪਰ ਦੋਸਤੋ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਕੱਲ੍ਹ ਵਾਲੀ ਮੀਟਿੰਗ ਵਿੱਚ ਕੀ ਹੋਇਆ ਤੇ ਦੋਸਤੋ ਇਸ ਬਾਰੇ ਤੁਹਾਨੂੰ ਅਸੀਂ ਇਹ ਵੀ ਦੱਸ ਦਈਏ ਕਿ ਕਰਨ ਔਧਲਾ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਅਸੀਂ ਸ਼ਰਾਬ ਗਾਣੇ ਦੀ ਵੀਡੀਓ ਕਰਨ ਜਾ ਰਹੇ ਹਾਂ ਸੋ ਦੋਸਤੋ ਇਹ ਵੀ ਇੱਕ ਤਰ੍ਹਾਂ ਨਾਲ ਇਫੈਕਟ ਹੀ ਹੋ ਗਿਆ ਕਿ ਸ਼ਰਾਬ ਗਾਣੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਸੀ ਤੇ ਨਾ ਹੀ ਉਹ ਮੰਨ ਰਹੇ ਹਨ ਤੇ ਹੋ ਵੀ ਸਕਦਾ ਹੈ ਕਿ ਉੱਪਰ ਸਰਬੋਡ ਬੁੱਲੂ ਗਾਣੀ ਪਾਸ ਹੋ ਕੇ ਆਉਂਦੇ ਹਨ ਇਸ ਤੋਂ ਇਲਾਵਾ ਦੋਸਤੋ ਜੋ ਹਰਜੀਤ ਹਰਮਨ ਨੇ ਸਫਾਈ ਦਿੱਤੀ ਸੀ ਤੇ ਕਾਰਨ ਔਜਲਾ ਨੇ ਵੀ ਉਸ ਤੋਂ ਲਗਭਗ 3-4 ਦਿਨਾਂ ਬਾਅਦ ਜਦੋਂ ਉਸ ਨੇ ਬਿਆਨ ਦਿੱਤਾ ਸੀ ਤਾਂ ਐਸੇ ਕਮੈਂਟ ਕਰਦੇ ਹੋਏ ਉਸ ਦੀ ਸਪੂਟ ਹੀ ਕੀਤੀ ਸੀ ਤੇ ਦੋਸਤੋ ਅੱਜ ਵਾਲਾ ਜ਼ਿਕਰ ਇਹ ਕਰਨ ਵਾਲਾ ਰਹਿ ਗਿਆ ਭਰਾ ਦੇ ਹੈਅਰ ਐਂਡ ਧੇਰ ਗਾਣੇ ਦੀ ਵੀਡੀਓ ਆਈ ਹੈ ਤੇ ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦਾ ਪ੍ਰੋਜੈਕਟ ਮੂਸ ਸਾਹਿਬ ਫਿਲਮ ਦਾ ਗਾਣਾ ਥਾਪੀਆਂ ਉਹ ਦੋਸਤੋ ਰਿਲੀਜ਼ ਹੋਇਆ ਹੈ ਕਲੈਸ਼ ਦੋਸਤੋ ਹੋਈ ਹੈ ਜੇਕਰ ਦੋਸਤੋ ਅੱਜ ਸਿੱਧੂ ਦਾ ਖੌਦਾ ਹੀ ਗਾਣਾ ਰਿਲੀਜ਼ ਹੋ ਜਾਂਦਾ ਤਾਂ ਅਲੱਗ ਹੀ ਤਰ ਅੌਜਲਾ ਦਾ ਹੀਰਣ ਦੀਰਗਾਨੇ ਦੀ ਔਡੀਦੋ ਤੁਸੀਂ ਪਹਿਲਾਂ ਹੀ ਸੁਣ ਲਈ ਹੈ ਦੋ ਉਸ ਵਾਰੀ ਗੱਲਾਂ ਸਨ ਇੱਕ ਤਾਂ ਇਹ ਹੀ ਗੱਲ ਸੀ ਕਿ ਮਰਦਤਾ ਲੜੀ ਹੈ ਵਿਰੋਧੀਆਂ ਨੂੰ ਟਾਰਗੇਟ ਕੀਤਾ ਤੇ ਇਸ ਤੋਂ ਇਲਾਵਾ ਨਿਫਸੀ ਦਾ ਉਹ ਬਹੁਤ ਵੱਡਾ ਫੈਨ ਹੈ ਜੋ ਕਿ ਦੋਸਤੋ ਕੋਇਨਸੀਡੈਂਸ ਹੋ ਗਿਆ ਹੈ ਸਿੱਧੂ ਮੂਸੇਵਾਲੇ ਦੇ ਨਾਲ ਤੇ ਇਸ ਤੋਂ ਇਲਾਵਾ ਦੋਸਤੋ ਰਿਕਰਵਲ ਸਟਰੀਮਸ ਦਾ ਜ਼ਿਕਰ ਕਰੀਏ ਕਰਨ ਔਜਲਾ ਦੀ ਐਲਬਮ ਤੇ ਲਗਭਗ 2 ਗਾਉਣ ਡੂਨ ਗਾਣੇ ਨੂੰ ਮਿਲਾ ਕੇ ਜੋ ਕਿ ਕਾਫੀ ਟਾਈਮ ਪਹਿਲਾਂ ਦਾ ਆਇਆ ਹੋਇਆ ਹੈ 4-5 ਮਿਲੀਅਨ ਤਾਂ ਉਸ ਤੇ ਹੀ ਸੈਸਟਰੀਮਸ ਹਨ ਟੋਟਲ 15 ਮਿਲੀਅਨ ਸਟਰੀਮਸ ਪਾਰ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਦੋਸਤੋ ਐ ਟੀਮਸ ਨੇ ਸ਼ੇਰ ਵੀ ਦੋਸਤੋ ਸੁਰੂਰੀਆ ਪੋਸਟਾ ਕਰ ਰਿਹਾ ਹੈ ਜੋ ਟਾਪ ਡੈਬਿਊ ਐਲਬਮ ਜਿਸ ਭਰਾ ਦੀ ਐਲਬਮ ਦਾ ਨਾਮ ਆਇਆ ਹੈ ਸੋ ਦੋਸਤੋ ਗੱਲਬਾਤ ਆ ਭਰਾ ਨੇ ਬਣਾ ਦਿੱਤੀ ਹੈ ਤੇ ਲੋ ਪਹਿਲੀ ਹੀ ਐਲਬਮ ਸੀ ਬਹੁਤ ਕੁਝ ਨਵਿਕਲਾ ਭਰਾ ਨੂੰ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਤੇ ਅੱਗੇ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ ਅੱਗੇ ਜੋ ਵੀ ਭਰਾ ਦੀਆਂ ਐਲਬम्स ਆਉਣਗੀਆਂ ਤੇ ਦੋਸਤੋ ਇੱਥੇ ਹੁਣ ਅਸੀਂ ਕਾਕੇ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਜਿਸ ਨਾਲ ਕਿ ਲਗਭਗ ਅੱਧੀ ਪੰਜਾਬੀ ਇੰਡਸਟਰੀ ਵਾਰੇ ਹੀ ਬਿਆਨ ਦਿੱਤੇ ਹਨ ਸਿੱਧੂ ਮੂਸੇਵਾਲਾ ਕਰਨ ਅੋਧਲਾ ਬੱਬੂ ਮਾਨ ਐਮ ਐ ਵਿਰਕ ਜਾਨੀ ਗੁਰਦੀਪ ਮਾਨਕ ਗੁਰਦਾਸ ਮਾਨ ਤੇ ਖੋਦ ਹੀ ਦੇਖ ਲੋ ਇਹ ਇੰਟਰਵਿਊ ਦੀ ਇੱਕ ਕਲਿੱਪ ਤੇ ਪੂਰੀ ਦੀ ਪੂਰੀ ਇੰਟਰਵਿਊ ਦੋਸਤੋ ਤੁਸੀਂ ਇਸ ਚੈਨਲ ਤੇ ਦੇਖ ਸਕਦੇ ਹੋ ਕਾਕੇ ਇਹ ਇਹ ਆਪਣੇ ਨਾ ਆਮ ਲੋਕਾਂ ਚ ਕਹਿੰਦੇ ਐ ਇਹ ਗੱਲ ਕਿ ਜਿਹੜਾ ਬੰਦਾ ਗਾਉਂਦਾ ਹੈ ਨਾ ਹਾਂਜੀ ਪਹਿਲਾਂ ਉਹ ਕਿਸੇ ਤੋਂ ਪ੍ਰਭਾਵਿਤ ਹੋਇਆ ਹੁੰਦਾ ਇਸ ਫੀਲਡ ਚ ਆਉਣ ਲਈ ਹੂੰ 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 ਲਿਖਣ ਦੀ ਕਲਾ ਹੈ ਕਾਕੇ ਚ ਹਾਂਜੀ ਕੀ ਕਾਕਾ ਵੀ ਕਿਸੇ ਤੋਂ ਪ੍ਰਭਾਵਿਤ ਹੋਇਆ ਜਾਂ ਨਹੀਂ ਸਹਿਸਭਾਵਿਕ ਨਹੀਂ ਨਹੀਂ ਪ੍ਰਭਾਵਿਤ ਤਾਂ ਕਿਸੇ ਨਾ ਕਿਸੇ ਦਾ ਮਤਲਬ ਹੁਣ ਜਿਵੇਂ ਖੁਦ ਤੋਂ ਤਾਂ ਬੰਦਾ ਕੁਝ ਨਹੀਂ ਕ੍ਰੀਏਟ ਕਰ ਸਕਦਾ ਵੀ ਹਾਂ ਵੀ ਕਿਸੇ ਨੇ ਗਾਣੇ ਆਈ ਨਾ ਸੁਨੇ ਹੋਵੇ ਤਾਂ ਉਹ ਕਿੱਥੋਂ ਹਨ ਹਾਂ ਤੇ ਮੈਂ ਮੇਰੇ ਮਾਮਲੇ 'ਚ ਸ਼ਾਇਦ ਖਾਸੀਅਤ ਮੇਰੀ ਇਹੀ ਹੈ ਮੈਨੂੰ ਲੱਗਦਾ ਕਿ ਮੈਨੂੰ ਪਿਆਰ ਤਾਂ ਮਿਲਿਆ ਕਿਉਂਕਿ ਮੈਂ ਕਿਸੇ ਇੱਕ ਨੂੰ ਫੋਲੋ ਨਹੀਂ ਕਰਿਆ ਕਿਸੇ ਦੇ ਇੱਕ ਦਾ ਭਗਤ ਨਹੀਂ ਬਣਿਆ ਮੈਂ ਪੱਕਾ ਕਟੜ ਫੈਨ ਨਹੀਂ ਹੋ ਸਕਿਆ ਕਿਸੇ ਦਾ ਹਾਂ ਤੇ ਮੈਂ ਗੁਰਦਾਸ ਮਾਨ ਜੀ ਨੂੰ ਹਨ ਸਰਤਾਜ ਵੀਰਾ ਤੇ ਆਪਣਾ ਬਲਕਾਰ ਸਿੱਧੂ ਹਨਾ ਲਵ ਹੀਰਾ ਗੁਲਦੀਪ ਮਾਨਕ ਯਮਲਾ ਜੱਟ ਬਹੁਤ ਬੀਪਰਾਕ ਐਮੀ ਬਿਰਕ ਜਾਨੀ ਲਗਾਣੇ ਕਿੰਨੇ ਨੇ ਹਾਂ 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 ਬੱਬੂ ਮਾਨ ਹਾਂ ਮੁਸੇਆਲਾ ਕਰਨ ਔਜਲਾ ਮੈਂ ਸਾਰਿਆਂ ਦੇ ਸੁਣਦਾ ਜੀ ਮੈਨੂੰ ਗਾਣਾ ਵਧੀਆ ਲੱਗਣਾ ਚਾਹੀਦਾ ਮੈਨੂੰ ਕਲਾਕਾਰ ਦੇ ਨਾਮ ਨਾਲ ਕੋਈ ਮਤਲਬ ਨਹੀਂ ਸੋ ਦੋਸਤੋ ਕਾਕਾ ਸਿੱਧੂ ਮੂਸੇਵਾਲੇ ਦੇ 295 ਗਾਣੇ ਦੀ ਬਹੁਤ ਵਾਰ ਤਾਰੀਫ ਕਰ ਚੁੱਕਾ ਹੈ ਇਸ ਤੋਂ ਇਲਾਵਾ ਕਰਨ ਔਜਲਾ ਦਾ ਸ਼ਾਇਦ ਚਾਂਦੀਰ ਗਾਣਾ ਉਸ ਨੂੰ ਬਹੁਤ ਵਧੀਆ ਲੱਗਦਾ ਹੈ ਬਾਕੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਤੇ ਜੋ ਹੋਰ ਜਿੰਨੇ ਵੀ ਪੰਜਾਬੀ ਆਰਟਿਸਟ ਹਨ ਸਾਰਿਆਂ ਦੇ ਹੀ ਦੋਸਤੋ ਗਾਣੇ ਸੁਣਦਾ ਹੈ ਇਹ ਉਸ ਦੀ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਇਹੀ ਗੱਲਾਂ ਦੋਸਤੋ ਕਾਕੇ ਨੂੰ ਬਾਕੀ ਪੰਜਾਬੀ ਆਰਟਿਸਟਾਂ ਤੋਂ ਵੱਖ ਕਰ ਦਿੰਦੀਆਂ ਨੇ ਤੇ ਦੋਸਤ ਨੇ ਸਾ ਇਸ ਤੋਂ ਇਲਾਵਾ ਦੋਸਤੋ ਜੋ ਹਾਲ ਹੀ ਇਸ ਦੇ ਨਵੇਂ ਗਾਣੇ ਵੀ ਆਏ ਹਨ ਹੁਣ ਆਡੀਅੰਸ ਉਸ ਦੀ ਵਰਸਟਾਈਲਿਟੀ ਦੇਖਣਾ ਚਾਹੁੰਦੀ ਹੈ ਕਿ ਚਲੋ ਤੁਸੀਂ ਪਿਆਰ ਮੁਹੱਬਤ ਵਾਲੇ ਕਾਫੀ ਗਾਣੇ ਗਾ ਲਏ ਹੁਣ ਕਾਕਾ ਵੀ ਥੋੜਾ ਜਿਹਾ ਡਿਫਰੈਂਟ ਕਰੇ ਸੋ ਦੋਸਤੋ ਉਹੀ ਗੱਲ ਹੋ ਜਾਂਦੀ ਹੈ ਕਿ ਉੱਪਰ ਚੜ੍ਹਨਾ ਸਕਸੈਸ ਪਾਉਣੀ ਬਹੁਤ ਸੌਖੀ ਹੈ ਪਰ ਉੱਥੇ ਟਿਕੇ ਰਹਿਣਾ ਬਹੁਤ ਹੀ ਔਖਾ ਕੀ ਦੋਸਤੋ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਦੋਸਤੋ ਇੱਥੇ ਹੁਣ ਅਸੀਂ ਦਿਲਜੀਤ ਭਰਾ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਐਲਬਮ ਨੇ ਤਾਂ ਪੂਰੀ ਗੱਦ ਢਾਈ ਹੋਈ ਹੈ ਲ ਛਾ ਨੇ ਪਹਿਲਾਂ ਦੋਸਤੋਂ ਉਸਨੇ ਪੂਰੀ ਦੀ ਪੂਰੀ ਐਲਬਮ ਵੀ ਪ੍ਰਾ ਦਾ ਸ਼ੇਅਰ ਕੀਤੀ ਸੀ ਤੇ ਹੁਣ ਕੱਲੇ ਕੱਲੇ ਗਾਣੇ ਦੀ ਵੀ ਸਪੋਰਟ ਕਰਦਾ ਹੀ ਰਹਿੰਦਾ ਹੈ ਤੇ ਦੋਸਤੋਂ ਇਸ ਤੋਂ ਇਲਾਵਾ ਪ੍ਰਾ ਦੇ ਵੀ ਦੋ ਤਿੰਨ ਵਿਵਾਦ ਜੇ ਛੜੇ ਸਨ ਪਿੱਛੇ ਦੇ ਜੁਨ ਇੰਟਰਵਿਊ ਆਈ ਸੀ ਇੱਕ ਬਾਲੀਵੁੱਡ ਦੇ ਸਟਾਰਾਂ ਬਾਰੇ ਬਿਆਨ ਦਿੱਤੇ ਸਨ ਇਸ ਤੋਂ ਇਲਾਵਾ ਜੂ ਦੋਸਤੋਂ ਇਸ ਦੀ ਹੌਸਲਾ ਰੱਖ ਫਿਲਮ ਆ ਰਹੀ ਹੈ ਉਸ ਨੂੰ ਵੀ ਲੈ ਕੇ ਥੋੜਾ ਜਿਹਾ ਵਿਵਾਦ ਹੈ ਚਲੋ ਪ੍ਰਾ ਦੋਸਤੋਂ ਕਿਸੇ ਦੀ ਵੀ ਗੱਲ ਨੂੰ ਦਿਲ ਤੇ ਨਹੀਂ ਲੈਂਦਾ ਆਪਣੀ ਹੀ ਮौज-ਮਸਤੀ ਵਿੱਚ ਰਹਿੰਦਾ ਹੈ ਤੇ ਜਿੰਨੇ ਵੀ ਦੋਸਤੋਂ ਐਲਬਮ ਦੇ ਗਾਣੇ ਆਏ ਹਨ ਤੇ ਹਰੇਕ ਗਾਣੇ ਦੀ ਵੀਡੀਓ ਆ ਰਹੀ ਹੈ ਤੇ ਦੋਸ ਦੀ ਪੂਰੀ ਰਿਲੀਜ਼ ਕਰ ਦਿੱਤੀ ਹੈ ਹਰੇਕ ਗਾਣੇ ਨੂੰ ਹੀ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਖਾਸ ਕਰ ਜੋ ਅਮਰਤਮਾਨ ਨੇ ਗਾਣਾ ਲਿਖਿਆ ਹੈ ਉਸ ਨੂੰ ਤੇ ਨਿਰਿੰਦਰ ਬਾਠ ਨੇ ਸੰਦਾਰਾ ਦੋਸਤੋ ਉਸ ਦਾ ਖੁਦ ਦਾ ਵੀ ਫੇਵਰਿਟ ਗਾਣਾ ਹੈ ਮੁੱਛ ਗਾਣਾ ਬਹੁਤ ਵਧੀਆ ਹੈ ਇਸ ਐਲਬਮ ਵਿੱਚੋਂ ਪੂਰੀ ਦੀ ਪੂਰੀ ਐਲਬਮ ਦੋਸਤੋ ਤੁਸੀਂ ਸਪੋਟੀਫਾਈ ਐਪਲ ਡਿਊਨ ਆਈਡਿਊਨਸ ਇਹਨਾਂ ਤੇ ਚੈੱਕ ਕਰ ਸਕਦੇ ਹੋ YouTube ਦੇ ਵੀ ਵੈਸੇ ਦੋਸਤੋ ਕੱਲ ਭਰਾ ਨੇ ਇਹ ਪੂਰੀ ਦੀ ਪੂਰੀ ਐਲਬਮ ਅਪਲੋਡਡ ਕਰ ਦਿੱਤੀ ਹੈ ਅਮਰਤਮਾਨ ਦਿਲਬ੍ਰੀ ਢਿੱਲੂ ਜਸਵਾਹੀਵਾ ਨਿੰਜਾ ਅਤੇ ਬਹੁਤ ਸਾਰੇ ਲੋਕ ਦੋਸਤੋ ਇਸ ਦੀ ਸਪੋਰਟ ਵੀ ਕਰ ਰਹੇ ਹਨ ਕਿਤੇ ਮੈਂ ਕਿ ਦੋ ਤੋ ਹੋ ਵੀ ਰਿਹਾ ਹੈ ਸਾਰੇ ਹੀ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਤੇ ਦੋਸਤੋ ਇਥੇ ਹੁਣ ਅਸੀਂ ਪੰਜਾਬੀ 뮤직 ਇੰਡਸਟਰੀ ਤੋਂ ਹਟ ਕੇ ਕਿਸਾਨ ਅੰਦੋਲਨ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗੇ ਮੰਡੀ ਤਖਣੇ ਦੋਸਤੋ ਸਪੈਸ਼ਲ ਸਟੋਰੀ ਪੋਸਟ ਕਹ ਲੋ ਉਹ ਸ਼ੇਅਰ ਕੀਤੀ ਹੈ ਕਿ ਲਗਭਗ 300 ਦਿਨ ਹੋ ਚੁੱਕੇ ਹਨ ਕਿਸਾਨਾਂ ਨੂੰ ਦਿੱਲੀ ਤਰਨੇ ਤੇ ਬੈਠਿਆ 26 ਤਰੀਕ ਦੋਸਤੋ ਤੁਹਾਨੂੰ ਯਾਦ ਹੀ ਹੋਵੇਗੀ ਨਵੰਬਰ ਮਹੀਨੇ ਦੀ ਪਹਿਲਾ ਦਿਨ ਸੀ ਜਦੋਂ ਪੰਜਾਬ ਤੋਂ ਕਿਸਾਨ ਇਕੱਠੇ ਹੋ ਕੇ ਦਿੱਲੀ ਤਰਨੇ ਤੇ ਸਮੂਲੀਤ ਦੇਣ ਲਈ ਪਹੁੰਚੇ ਸਨ ਹਰਿਆਣਾ ਪਾਈਚਾਰਾ ਨਾਲ ਜੁੜਦਾ ਗਿਆ ਯੂਪੀ ਵਾਲੇ ਕਿਸਾਨ ਨਾਲ ਆਉਂਦੇ ਰਹੇ ਮਤਲਬ ਕਾਫਲਾ 301 ਦਿਨ ਹੋ ਚੁੱਕੇ ਹਨ ਕਿਸਾਨਾਂ ਨੂੰ ਉੱਥੇ ਬੈਠਿਆ ਠੰਡ ਗਈ ਗਰਮੀ ਗਈ ਮੀਂਹ ਆਈ ਨਹੀਂ ਰਹੀ ਆਈ ਸਭ ਕੁਝ ਦੋਸਤੋ ਹੋਇਆ ਪਰ ਕੀ ਸਰਕਾਰਾਂ ਨੂੰ ਇਹ ਗੱਲ ਨਹੀਂ ਦਿਖਦੀਆਂ ਹਰੇਕ ਨੂੰ ਹੀ ਆਪਣੀ ਦੋਸਤੋ ਕੁਰਸੀ ਦੀ ਪਈ ਹੈ ਸਾਰੇ ਦੋਸਤੋ ਪੰਜਾਬੀ ਆਰਟਿਸਟਸ ਦੇ ਨਾਲ ਜੁੜੇ ਹੋਏ ਹਨ ਕੋਈ ਸ਼ਮੂਲੀਦ ਦਿੰਦਾ ਹੈ ਕੋਈ ਦੋਸਤੋ ਪੈਸੇ ਆਬਾਤ ਹੈਲਪ ਕਰਦਾ ਹੈ ਤੇ ਸਾਨੂੰ ਵੀ ਲੱਗਦਾ ਹੈ ਹਰੇਕ ਨੂੰ ਆਪਣਾ ਆਪਣਾ ਖੌਦਾ ਫਰਜ਼ ਸਮਝਦੇ ਹੋਏ ਇਸ ਅੰਦੋਲਨ ਬਿਲ ਸ਼ਮੂਲੀਦ ਜ਼ਰੂਰ ਦੇਣੀ ਚਾਹੀਦੀ ਹੈ ਤੇ ਦੋਸਤੋ ਇੱਕ ਨਿੱਕੀ ਜਿਹੀ ਰਿਕਵੈਸਟ ABC ਪੰਜਾਬੀ ਪੁਂਟ ਲਾਈਵ ਰਿਜਦਾ ਕਿ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਉਸ ਤੇ ਅਸੀਂ ਗੇ ਆ ਰਹੇ ਹਾਂ ਜੇ ਹੋ ਸਕੇ ਦੋਸਤਿਆਂ ਨੂੰ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ